पार्टी हमेशा इदा ही करती है, एंड दे विच ही जारी करती है। पिछली बार कदों जारी हुई सी? नहीं, जिदा पिछली बार हुई इदा ही हुई। धमाके धमाके असी प्रेस के थ्रू नहीं करते, ਉਹਦੇ ਜੀ ਸਾਨੂੰ ਲੋੜ ਨਹੀਂ ਹੈ। ਧਮਾਕੇ ਜਿਹੜੇ ਹੋਣੇ ਹੁੰਦੇ ਆ ਉਹ ਲੋਕ ਤੈਅ ਕਰਦੇ ਆ ਵੀ ਧਮਾਕਾ ਜਾਂ ਫੁੱਸ ਪਟਾਕਾ, ਇਹ ਲੋਕ ਤੈਅ ਕਰਦੇ ਆ, ਅਤੇ ਇਸ ਕਰਕੇ ਅਸੀਂ ਕੋਈ ਨਹੀਂ ਤੈਅ ਕਰਨਾ। ਇਟ ਇਜ਼ ਲੈਫਟ ਟੂ ਦਾ ਪੀਪਲ, ਬਟ ਵੀ ਵਿਲ ਅਨਾਊਂਸ ਆਰ ਕੈਂਡੀਡੇਟਸ ਐਂਡ ਦੀ ਕ੍ਰਾਈਟੇਰੀਆ, ਜਿਹੜੀ ਕਿ ਇਹਨਾਂ ਨੇ ਕਿਹਾ ਦਾ ਕ੍ਰਾਈਟੇਰੀਆ ਵਿਲ ਬੀ ਵਿਨੇਬਿਲਿਟੀ। ਵੀ ਵਿਲ ਨਾਟ ਕੰਪਰੋਮਾਈਜ਼ ਔਨ ਦੀ ਕ੍ਰਾਈਟੇਰੀਆ ਆਫ ਵਿਨੇਬਿਲਿਟੀ। ਇਹ ਕੋਈ ਕਿਸੇ ਦੀ ਗਾਰੰਟੀ ਨਹੀਂ ਹੈ ਕਿ ਭਾਈ ਜੇ ਇੱਕ ਵਾਰ ਉਹਨੇ ਐੱਮ ਐੱਲ ਏ ਬਣ ਕੇ ਦੇਖ ਲਿਆ ਤਾਂ ਦੁਬਾਰਾ ਐੱਮ ਐੱਲ ਏ ਹੈ। ਇਹ ਪਾਰਟੀ ਤੈਅ ਕਰੇਗੀ, ਸਰਵੇਸ ਤੈਅ ਕਰਨਗੇ, ਹਾਈਕਮਾਂਡ ਤੈਅ ਕਰੇਗੀ। ਸਾਡਾ ਇੱਕ ਬੜਾ ਵਧੀਆ ਡੈਮੋਕ੍ਰੈਟਿਕ ਸਿਸਟਮ ਹੈ ਜਿਹੜਾ ਕਿ ਕੈਂਡੀਡੇਟਸ ਨੂੰ ਤੈਅ ਕਰੇਗਾ, ਬਟ ਦੀ ਕ੍ਰਾਈਟੇਰੀਆ ਇਜ਼ ਮੈਰਿਟ। ਦੋਨਾਂ ਲਈ ਹੈਗਾ, ਕੈਂਡੀਡੇਟ ਲਿਸਟ ਨੂੰ ਲੈ ਕੇ ਅਕਾਲੀ ਦਲ ਨੇ ਵੀ ਲਿਸਟ ਜਾਰੀ ਕਰਤੀ, ਬਹੁਤ ਸਾਰੇ ਕੈਂਡੀਡੇਟ ਫਲੈਕਸੀਬਲ ਨਾਮ ਜਾਰੀ ਕਰਤੇ। ਆਮ ਆਦਮੀ ਪਾਰਟੀ ਦੇ ਇਲੈਕਸ਼ਨ ਸਿੱਟੇ ਆ, ਪਾਰਟੀ ਦਾ ਕੀ ਸਟੈਂਡ? ਪਾਰਟੀ ਹਮੇਸ਼ਾ ਇਦਾਂ ਹੀ ਕਰਦੀ ਹੈ, ਐਂਡ ਦੇ ਵਿੱਚ ਹੀ ਜਾਰੀ ਕਰਦੀ ਹੈ। ਪਿਛਲੀ ਵਾਰ ਕਦੋਂ ਜਾਰੀ ਹੋਈ ਸੀ? ਨਹੀਂ, ਜਿੱਦਾਂ ਪਿਛਲੀ ਵਾਰ ਹੋਈ ਇੱਦਾਂ ਹੀ ਹੋਈ। ਧਮਾਕੇ ਧਮਾਕੇ ਅਸੀਂ ਪ੍ਰੈਸ ਦੇ ਥਰੂ ਨਹੀਂ ਕਰਦੇ, ਉਹਦੇ ਜੀ ਸਾਨੂੰ ਲੋੜ ਨਹੀਂ ਹੈ। ਧਮਾਕੇ ਜਿਹੜੇ ਹੋਣੇ ਹੁੰਦੇ ਆ ਉਹ ਲੋਕ ਤੈਅ ਕਰਦੇ ਆ ਵੀ ਧਮਾਕਾ ਜਾਂ ਫੁੱਸ ਪਟਾਕਾ, ਇਹ ਲੋਕ ਤੈਅ ਕਰਦੇ ਆ, ਅਤੇ ਇਸ ਕਰਕੇ ਅਸੀਂ ਕੋਈ ਨਹੀਂ ਤੈਅ ਕਰਨਾ। ਇਟ ਇਜ਼ ਲੈਫਟ ਟੂ ਦਾ ਪੀਪਲ, ਬਟ ਵੀ ਵਿਲ ਅਨਾਊਂਸ ਆਰ ਕੈਂਡੀਡੇਟਸ ਐਂਡ ਦੀ ਕ੍ਰਾਈਟੇਰੀਆ, ਜਿਹੜੀ ਕਿ ਇਹਨਾਂ ਨੇ ਕਿਹਾ ਦਾ ਕ੍ਰਾਈਟੇਰੀਆ ਵਿਲ ਬੀ ਵਿਨੇਬਿਲਿਟੀ। ਵੀ ਵਿਲ ਨਾਟ ਕੰਪਰੋਮਾਈਜ਼ ਔਨ ਦੀ ਕ੍ਰਾਈਟੇਰੀਆ ਆਫ ਵਿਨੇਬਿਲਿਟੀ। ਇਹ ਕੋਈ ਕਿਸੇ ਦੀ ਗਾਰੰਟੀ ਨਹੀਂ ਹੈ ਕਿ ਭਾਈ ਜੇ ਇੱਕ ਵਾਰ ਉਹਨੇ ਐੱਮ ਐੱਲ ਏ ਬਣ ਕੇ ਦੇਖ ਲਿਆ ਤਾਂ ਦੁਬਾਰਾ ਐੱਮ ਐੱਲ ਏ ਹੈ। ਇਹ ਪਾਰਟੀ ਤੈਅ ਕਰੇਗੀ, ਸਰਵੇਸ ਤੈਅ ਕਰਨਗੇ, ਹਾਈਕਮਾਂਡ ਤੈਅ ਕਰੇਗੀ। ਸਾਡਾ ਇੱਕ ਬੜਾ ਵਧੀਆ ਡੈਮੋਕ੍ਰੈਟਿਕ ਸਿਸਟਮ ਹੈ ਜਿਹੜਾ ਕਿ ਕੈਂਡੀਡੇਟਸ ਨੂੰ ਤੈਅ ਕਰੇਗਾ, ਬਟ ਦੀ ਕ੍ਰਾਈਟੇਰੀਆ ਇਜ਼ ਮੈਰਿਟ। ਦੋਨਾਂ ਲਈ ਹੈਗਾ, ਕੈਂਡੀਡੇਟ ਲਿਸਟ ਨੂੰ ਲੈ ਕੇ ਅਕਾਲੀ ਦਲ ਨੇ ਵੀ ਲਿਸਟ ਜਾਰੀ ਕਰਤੀ, ਬਹੁਤ ਸਾਰੇ ਕੈਂਡੀਡੇਟ ਫਲੈਕਸੀਬਲ ਨਾਮ ਜਾਰੀ ਕਰਤੇ। ਆਮ ਆਦਮੀ ਪਾਰਟੀ ਦੇ ਇਲੈਕਸ਼ਨ ਸਿੱਟੇ ਆ, ਪਾਰਟੀ ਦਾ ਕੀ ਸਟੈਂਡ? ਪਾਰਟੀ ਹਮੇਸ਼ਾ ਇਦਾਂ ਹੀ ਕਰਦੀ ਹੈ, ਐਂਡ ਦੇ ਵਿੱਚ ਹੀ ਜਾਰੀ ਕਰਦੀ ਹੈ। ਪਿਛਲੀ ਵਾਰ ਕਦੋਂ ਜਾਰੀ ਹੋਈ ਸੀ? ਨਹੀਂ, ਜਿੱਦਾਂ ਪਿਛਲੀ ਵਾਰ ਹੋਈ ਇੱਦਾਂ ਹੀ ਹੋਈ। ਭਾਈ ਧਮਾਕੇ ਧਮਾਕੇ ਅਸੀਂ ਪ੍ਰੈਸ ਦੇ ਥਰੂ ਨਹੀਂ ਕਰਦੇ, ਉਹਦੇ ਜੀ ਸਾਨੂੰ ਲੋੜ ਨਹੀਂ ਹੈ। ਧਮਾਕੇ ਜਿਹੜੇ ਹੋਣੇ ਹੁੰਦੇ ਆ ਉਹ ਲੋਕ ਤੈਅ ਕਰਦੇ ਆ ਵੀ ਧਮਾਕਾ ਜਾਂ ਫੁੱਸ ਪਟਾਕਾ, ਇਹ ਲੋਕ ਤੈਅ ਕਰਦੇ ਆ, ਅਤੇ ਇਸ ਕਰਕੇ ਅਸੀਂ ਕੋਈ ਨਹੀਂ ਤੈਅ ਕਰਨਾ। ਇਟ ਇਜ਼ ਲੈਫਟ ਟੂ ਦਾ ਪੀਪਲ, ਬਟ ਵੀ ਵਿਲ ਅਨਾਊਂਸ ਆਰ ਕੈਂਡੀਡੇਟਸ ਐਂਡ ਦੀ ਕ੍ਰਾਈਟੇਰੀਆ, ਜਿਹੜੀ ਕਿ ਇਹਨਾਂ ਨੇ ਕਿਹਾ ਦਾ ਕ੍ਰਾਈਟੇਰੀਆ ਵਿਲ ਬੀ ਵਿਨੇਬਿਲਿਟੀ। ਵੀ ਵਿਲ ਨਾਟ ਕੰਪਰੋਮਾਈਜ਼ ਔਨ ਦੀ ਕ੍ਰਾਈਟੇਰੀਆ ਆਫ ਵਿਨੇਬਿਲਿਟੀ। ਇਹ ਕੋਈ ਕਿਸੇ ਦੀ ਗਾਰੰਟੀ ਨਹੀਂ ਹੈ ਕਿ ਭਾਈ ਜੇ ਇੱਕ ਵਾਰ ਉਹਨੇ ਐੱਮ ਐੱਲ ਏ ਬਣ ਕੇ ਦੇਖ ਲਿਆ ਤਾਂ ਦੁਬਾਰਾ ਐੱਮ ਐੱਲ ਏ ਹੈ। ਇਹ ਪਾਰਟੀ ਤੈਅ ਕਰੇਗੀ, ਸਰਵੇਸ ਤੈਅ ਕਰਨਗੇ, ਹਾਈਕਮਾਂਡ ਤੈਅ ਕਰੇਗੀ। ਸਾਡਾ ਇੱਕ ਬੜਾ ਵਧੀਆ ਡੈਮੋਕ੍ਰੈਟਿਕ ਸਿਸਟਮ ਹੈ ਜਿਹੜਾ ਕਿ ਕੈਂਡੀਡੇਟਸ ਨੂੰ ਤੈਅ ਕਰੇਗਾ, ਬਟ ਦੀ ਕ੍ਰਾਈਟੇਰੀਆ ਇਜ਼ ਮੈਰਿਟ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁਠਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਂ ਦੁਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।